ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਇਲਾਕਾ ਮਮਧੋਟ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਨਾਲ ਗੇਟ ਨੰਬਰ 195 ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਨਾਲ ਪਈ ਸਰਕਾਰੀ ਜ਼ਮੀਨ ਤੇ ਭੂ ਮਾਫੀਆ ਦਾ ਕਬਜ਼ਾ ਰੋਕਣ ਲਈ ਗੇਟ ਨੰਬਰ 195 ਤੇ ਸਰਹੱਦੀ ਪਿੰਡ ਭੰਬਾ ਹਾਜੀ ਰੋਹੇਲਾ ਹਾਜੀ ਗੰਦੂ ਕਲਚਾ ਨਿਹਾਲਾ ਕਲਚਾ ਦੋਨਾਂ ਤੇਲੂ ਮਲ ਪਿੰਡਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਪੱਕਾ ਧਰਨਾ 15ਵੇਂ ਦਿਨ ਵਿੱਚ ਸ਼ਾਮਲ ਹੋਇਆ। ਰਿਪੋਰਟ ਸੁਣੋ ਅਤੇ ਇਸ ਵੀਡੀਓ ਨੂੰ ਇੱਕ ਸ਼ੇਅਰ ਜ਼ਰੂਰ ਕਰ ਦਿਓ। ਪਹਿਲਾਂ ਜ਼ਮੀਨਾਂ ਇਹ ਆਬਾਦ ਅਸੀਂ ਸਾਡੇ ਪਰਿਵਾਰਾਂ ਨੇ ਕੀਤੀਆਂ ਨੇ, ਸਾਡੇ ਪਿਓ ਦਾਦੇ ਇਸ ਜ਼ਮੀਨ ਨੂੰ ਵਾਹ ਰਹੇ ਆ। ਇਹ 900 ਏਕੜ ਜਿਹੜੀ ਜ਼ਮੀਨ ਹੈ, ਦੋਨਾਂ ਤੇਲੂ ਮਾਲ ਗੱਤੀ ਮਹਿਲ ਟੁਕੜਾ ਗੰਦੂ ਦੂਜਾ ਤਰਾ ਛਾੜ ਚਾਰ ਪਿੰਡਾਂ ਰੱਖਣਾ, ਜੋ ਇਹ ਜ਼ਮੀਨ ਸਾਡੇ ਬਜ਼ੁਰਗ ਫਸਲ ਨੂੰ ਉਡਾ ਕੇ ਇਸ ਜ਼ਮੀਨ ਨੂੰ ਬਾਦ ਕਰਕੇ ਤੇ ਇੱਥੇ ਜਿਹੜੀ ਜ਼ਮੀਨ ਬੀਜਦੇ ਰਹੇ ਆ, ਕਣਕ ਦੀ ਫਸਲ ਵੀ ਬੀਜਦੇ ਰਹੇ, ਹੋਰ ਵੀ ਫਸਲਾਂ ਬੀਜਦੇ ਰਹੇ ਆ, ਜੋ ਅਸੀਂ ਲੜਾਈ ਲੜ ਰਹੇ ਹਾਂ, ਕਿਉਂਕਿ ਇਹ ਜ਼ਮੀਨ ਜਿਹੜੀ ਇਹ ਦਲਾਲ ਲੋਕ ਇੱਥੇ ਕਬਜ਼ਾ ਕਰਨਾ ਚਾਹੁੰਦੇ ਸੀ, ਅਸੀਂ ਕਬਜ਼ਾ ਨਹੀਂ ਹੋਣ ਦਿੱਤਾ। ਪਿਛਲੇ 8 ਮਹੀਨੇ ਤੋਂ ਜ਼ਮੀਨ ਬੰਦ ਪਈ ਹੈ, ਡੀਸੀ ਫਿਰੋਜ਼ਪੁਰ ਅਮਰਤਾ ਸਿੰਘ ਦੇ ਆਰਡਰ ਤੇ 25-8 ਦੇ 2022 ਦੇ ਆਰਡਰ ਤੇ ਬੰਦ ਹੈ। ਇਹ ਜ਼ਮੀਨ ਅਸੀਂ ਚਾਹੁੰਦੇ ਹਾਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਔਰ ਐਫ ਸੀ ਆਰ ਸਾਹਿਬ ਨੂੰ, ਚੀਫ ਸੈਕਟਰੀ ਪੰਜਾਬ ਨੂੰ, ਮਾਲ ਮੰਤਰੀ ਪੰਜਾਬ ਨੂੰ, ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਇਹ ਜ਼ਮੀਨ ਜਿਹੜੀ 74 ਠੇਕੇ ਤੋਂ ਜਲਦੀ ਤੋਂ ਜਲਦੀ ਦਿੱਤੀ ਜਾਵੇ, ਕਿਉਂਕਿ ਅਸੀਂ ਇਸ ਜ਼ਮੀਨ ਦੀ ਰਾਖੀ ਕਰ ਰਹੇ ਹਾਂ। ਇਹ ਜ਼ਮੀਨ 'ਤੇ ਉਹਨਾਂ ਦਲਾਲ ਲੋਕਾਂ ਨੂੰ, ਭੂ ਮਾਫੀਆ ਲੋਕਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਿੱਤਾ। ਸਰਕਾਰ ਤਾਂ ਇਹਦਾ ਬਚਾਅ ਕਰਦੀ ਪਈ ਹੈ, ਪਰ ਅਸੀਂ ਲੋਕ ਵੀ ਇਹ ਜ਼ਮੀਨ ਬਚਾਉਣ ਵਾਸਤੇ ਡਟੇ ਹੋਏ ਹਾਂ, ਕਰਾਂਗੇ, ਕਿਉਂਕਿ ਇਹ ਜ਼ਮੀਨ 'ਤੇ ਸਾਡਾ ਹੱਕ ਹੈ। ਸਾਡੇ ਪਿੰਡਾਂ ਦੀਆਂ ਜ਼ਮੀਨਾਂ ਨੇ, ਜਿਹੜੇ ਭੂ ਮਾਫੀਆ ਬਾਹਰੋਂ ਲੋਕ ਆਏ ਨੇ ਉਹਨਾਂ 'ਤੇ ਇਹ ਜ਼ਮੀਨ 'ਤੇ ਉਹਨਾਂ ਦੀ ਹੱਕ ਸੀ, ਅਸੀਂ ਇਹ ਕਬਜ਼ੇ ਕਰਕੇ ਜ਼ਮੀਨ, ਪਰ ਅਸੀਂ ਇਸ ਜ਼ਮੀਨ ਨੂੰ ਬਚਾਇਆ, ਲੜਾਈ ਲੜ ਕੇ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਹਾਂ, ਸੰਘਰਸ਼ ਲੜ ਰਹੇ ਹਾਂ। ਇਸ ਜ਼ਮੀਨ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਉਹਨਾਂ ਦਲਾਲਾਂ ਨੂੰ, ਉਹਨਾਂ ਲੋਕਾਂ ਦੇ ਹੱਥਾਂ ਵਿੱਚ ਨਹੀਂ ਜਾਣ ਦਾ, ਅਸੀਂ ਉਹਨਾਂ ਨੂੰ ਪਹੁੰਚਾ ਕੇ ਛੱਡਾਂਗੇ। ਜ਼ਮੀਨ ਬਚਾਓ ਸੰਘਰਸ਼ ਕਮੇਟੀ ਸਾਡੀ ਲੰਮੇ ਸਮੇਂ ਤੋਂ ਇਸ ਜ਼ਮੀਨ 'ਤੇ ਪਿੰਡ ਭੰਬਾ ਹਾਜੀ ਔਰ ਅਸੀਂ ਧਰਨਾ ਇੱਥੇ ਲਾਇਆ ਵਾ। ਇਹ ਜਿਹੜੇ ਲੋਕ ਨੇ ਨਾ, ਮਤਲਬ ਪ੍ਰਸ਼ਾਸਨ ਨੂੰ ਵੀ ਗੁਬਰਾ ਕਰਦੇ ਨੇ। ਕੌਣ ਲੋਕ ਨੇ? ਇਹ ਲੋਕੋ ਬਾਹਰੋਂ ਆ ਕੇ ਨਾ ਕਰਦੇ ਨੇ, ਕਿਸ ਗੱਲ ਤੋਂ ਕਰਦੇ ਨੇ? ਇਹ ਕਹਿੰਦੇ ਨੇ ਵੀ ਅਸੀਂ ਪੈਲੀ ਹੋ ਕਿੱਲਾ ਇਕੱਠੀ ਕਰਕੇ ਲਈਏ, ਅਸੀਂ ਨਹੀਂ ਲੈਂਦੇ ਨੇ, ਅਸੀਂ ਗਰੀਬ ਲੋਕ ਕਿਹੜੇ ਬੈਠੇ ਹਾਂ। ਇਹ ਜ਼ਮੀਨ ਕਿੱਥੇ ਸੀ ਦਿੱਤਾ ਜੀ? ਇਹ ਜ਼ਮੀਨ ਜੀ ਡੀ ਡੀ ਮੱਲ 195 ਗੇਟ ਤੋਂ ਅੱਗੇ 900 ਕਿੱਲਾ 45 ਲੱਗੀ ਵੀ ਅਤੇ ਵਿੱਚ ਕੋਈ ਹੋਰ ਵੀ 100 ਕਿੱਲਾ ਹੈਗਾ। ਇਹ ਜ਼ਮੀਨ ਸਰਕਾਰੀ ਹੈ? ਸਰਕਾਰੀ ਜੀ, ਇਹ ਨਾ ਇਹ ਤੱਕ ਮਤਲਬ ਸਰਕਾਰ ਨੇ ਇਹਦੇ 'ਤੇ ਨਾ ਕੋਈ ਮਾਜਬਾ ਨਾ ਕੁਛ ਨਾ ਕੀਤਾ, ਨਾ ਹੀ ਪੋਲਸੀ ਥੱਲੇ ਆਈ ਹੈ, ਇਹ ਸਰਕਾਰ ਦੀ ਪੈਲੀ ਹੈ। ਇਹ ਅਸੀਂ ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ? ਅਸੀਂ ਮੰਗ ਕਰਦੇ ਹਾਂ ਜੀ, ਸਾਨੂੰ ਪਹਿਲਾਂ ਵੀ ਇਹ ਸਾਨੂੰ ਸਰਕਾਰ ਨੇ ਇੱਥੇ ਬਾਇਆ ਸੀ, ਅਸੀਂ ਵਾਦ ਕੀਤੀ ਸੀ ਅਤੇ ਦਰਿਆ 'ਚ ਨੇ ਲਪੇਟ 'ਚ ਲੈ ਲਿਆ। ਬਾਅਦ 'ਤੇ ਜੀ ਦਰਿਆ ਜਦੋਂ ਰੇਤਾ ਪੂਤਾ ਬਣ ਗਿਆ ਅਤੇ ਉਦੋਂ ਦਰਿਆ ਬੰਨ ਪੈ ਗਿਆ, ਬੰਨ ਤੋਂ ਸਾਨੂੰ ਅੱਗੇ ਜਾਣ ਨਾ ਦਿੱਤਾ ਨੇ। ਫਿਰ ਕਿ ਇਹਨਾਂ ਲੋਕਾਂ ਨੇ ਕੁਛ ਪੈਲੀ ਥੋੜ੍ਹੀ ਥੋੜ੍ਹੀ ਮਾਲਕੀ ਲੈ ਅਤੇ ਇਹਨਾਂ ਦੇ ਕਾਟ ਬਣ ਕੇ ਇਹ ਜਾਣ ਲੱਗ ਪਏ। ਸਾਡਾ ਜੀ ਉਦੋਂ ਦਾ ਇਹ ਧਰਨਾ ਚੱਲਿਆ, ਲੜਾਈ ਬਾਅਦ ਹੋਇਆ, 2-3 ਵਾਰੀ ਅੱਗੇ ਕੱਟ ਕੇ ਵੀ ਅਸੀਂ ਰੱਖੀ ਸਰਕਾਰ ਦੇ ਹੱਕ 'ਚ, ਇਹਨਾਂ ਦੇ ਕੋਈ ਇਹਨਾਂ ਦੇ ਹੱਕ 'ਚ ਨਹੀਂ, ਸਰਕਾਰ ਦੀ ਪੈਲੀ ਹੈ, ਅਸੀਂ ਸਰਕਾਰ ਦੇ ਨਾਲ ਸ਼ਾਮਲ ਹਾਂ। ਅਸੀਂ ਸਰਕਾਰ ਨੂੰ ਕਹਿੰਦੇ ਵੀ ਇਹ ਪੈਲੀ ਤੁਸੀਂ ਸਾਨੂੰ ਦਿਓ, ਕੱਤੇ ਦਿੱਤੇ ਹੋ ਜਿਹੜੇ 5-5 ਕਿੱਲੇ, ਇਹ 100-100 ਕਿੱਲੇ ਵਾਲਿਆਂ ਨੂੰ ਨਾ ਦਿਓ। ਅਸੀਂ ਇਹ ਮੰਗ ਮੰਗਦੇ ਸਰਕਾਰ ਤੋਂ, ਇੰਨੀ ਕੁ ਅਸੀਂ ਕਹਿੰਦੇ ਗੱਲ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀਤਾ ਸਿੰਘ ਜੀ, ਭੰਬਾ ਹਾਜੀ ਰਹਿਣ ਵਾਲਾ। ਇਹ ਸਾਡੀਆਂ ਪਹਿਲੀਆਂ ਸਨ 65 ਦੀਆਂ ਦੌਰੀਆਂ ਨੇ,
साडे ना ने साडे प्यो दादे ना खुद अं काश्तकार इस बारियां दे जे लोग उत्तों आण कित्थे कब्जा करते ने ये अं इन्हां नूं बिलकुल नहीं पक्का जान देंगे भावें सानूं कुछ मर्जी करश नाल करना पवे ना संघर्ष वो अं उही करांगे। हुण तुसीं पक्का मोर्चा लाया? असीं पक्का 16 तरीक ला ते पक्का मोर्चा लाया है। असीं जिन्हां च सानूं पैली नहीं मिलदी जां ठेके जगाते तां अं नहीं छड्डांगे, ये पूरा मोर्चा ला के रखांगे। अं पैली ला के छड्डांगे, बिलकुल अं इवें नहीं उठांगे। अपना ਮੈਂ ਗੁਰਦੀਪ ਸਿੰਘ ਹੈ ਜੀ, ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਪੱਛਮੀ ਪ੍ਰਧਾਨ ਹੈ ਜੀ। ਇਹ ਪ੍ਰਧਾਨ ਜੀ, ਜਿਹੜਾ ਤੁਸੀਂ ਧਰਨਾ ਲਾਇਆ ਹੈ, ਵੀ ਧਰਨਾ ਕਿਉਂ ਲਾਇਆ, ਪੱਕਾ ਮੋਰਚਾ ਲਾਇਆ, ਕਦੋਂ ਤੋਂ ਲੱਗਿਆ ਹੈ ਅਤੇ ਕਿਉਂ ਲਾਇਆ? ਅਸੀਂ ਪਿਛਲੇ 16 ਤਰੀਕ ਤੋਂ ਲਾਇਆ ਪੱਕਾ ਮੋਰਚਾ। ਅਸੀਂ ਇਹ ਜ਼ਮੀਨ ਦੀ ਰਾਖੀ ਕਰ ਰਹੇ ਹਾਂ ਜੀ। 145 ਲੱਗੀ ਤਾਰਾ, ਜਿਹੜਾ ਇਹ ਜ਼ਮੀਨ ਦੇ ਵਿੱਚ ਕੁਝ ਸਰੋਂ ਫਸਲ ਬੀਜੀ ਹੋਈ ਸੀ, ਕਣਕ ਕੁਛ ਹੈ। ਅਸੀਂ ਚਾਹੁੰਦੇ ਹਾਂ ਵੀ 145 ਵਾਲੀ ਤਾਰਾਂ ਵਾਲੀ ਜਿਹੜੀ ਫਸਲ ਹੈ ਉਹ ਸਾਰੀ ਕੱਟ ਕੇ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾਈ ਜਾਵੇ। ਅਤੇ ਇਹ ਜ਼ਮੀਨ ਦਾ ਜਿਹੜਾ ਅਸੀਂ ਪੱਕਾ ਮੋਰਚਾ ਲਾਇਆ ਪਿਛਲੇ, ਇਹ ਜ਼ਮੀਨ ਕਿੱਥੇ ਸਥਿਤ ਹੈ ਅਤੇ ਕਿੰਨਾ ਰਕਬਾ ਹੈ? ਇਹ 195 ਨੰਬਰ ਗੇਟ ਤੋਂ ਅੱਗੇ ਹੈ ਜੀ, ਤਾਰਬੰਦੀ ਤੋਂ ਅੱਗੇ। ਅਤੇ ਇਹ 900 ਏਕੜ ਰਕਬਾ, 900 ਏਕੜ 'ਤੇ ਜ਼ਮੀਨ 'ਤੇ 145 ਤਾਰਾਂ ਲੱਗੀ ਹੈ। ਅੱਛਾ ਜੀ। ਅਤੇ ਜਿਹੜੀ ਜ਼ਮੀਨ ਹੈ ਇਹਦੇ ਵਿੱਚ ਨਜਾਇਜ਼ ਕਿਹੜੇ ਭੂ ਮਾਫੀਆ ਲੋਕ ਸੀ, ਡੱਲੇਵਾਲ ਦੇ ਨਾਲ ਸੰਬੰਧ ਜਿਹੜਾ ਰੱਖਦੇ, ਪਿਛਲੇ ਮਹੀਨੇ ਤੋਂ ਲਾਇਆ ਸੀ ਉਹਨਾਂ ਧਰਨਾ, 1 ਮਹੀਨੇ ਤੋਂ ਉਹਨਾਂ ਨੂੰ ਆਰਡਰ ਮਿਲਿਆ ਸੀ ਵੀ ਪਾਣੀ ਲਾਉਣ ਦਾ। ਪਾਣੀ ਲਾਉਣ ਦਾ ਉਹਨਾਂ ਨੇ ਅਦਾਲਤਾਂ ਨੂੰ ਗੁੰਮਰਾਹ ਕਰਤਾ ਸੀ, ਅਦਾਲਤ ਨੂੰ ਗੁੰਮਰਾਹ ਕਰਕੇ ਅਤੇ ਪਾਣੀ ਲਾਉਣ ਦੇ ਆਰਡਰ ਲਾਏ ਸੀ, ਪਰ ਉੱਥੇ ਫਸਲ ਹੀ ਆਇਆ ਨਹੀਂ ਜਿਹਨੂੰ ਪਾਣੀ ਲਾਉਣ, ਜਿਹੜੀ ਜ਼ਮੀਨ ਦੇ ਨੰਬਰਾਂ ਦੇ ਵਿੱਚ। ਅਸੀਂ ਇਹ ਪੱਕਾ ਧਰਨਾ ਇਸ ਕਰਕੇ ਲਾਇਆ, ਸਰਕਾਰ ਨੂੰ ਵੀ ਅਸੀਂ ਜਾਗਰਤ ਕਰ ਰਹੇ ਹਾਂ, ਪ੍ਰਸ਼ਾਸਨ ਨੂੰ ਵੀ ਪਤਾ ਇਸ ਗੱਲ ਦਾ ਵੀ ਉਦੋਂ ਤੱਕ ਅਸੀਂ ਇਹ ਜ਼ਮੀਨ ਦਾ ਜਿਹੜਾ ਪੱਕਾ ਮੋਰਚਾ ਅਸੀਂ ਨਹੀਂ ਛੱਡਾਂਗੇ ਜਦੋਂ ਤੱਕ ਇਹ ਜ਼ਮੀਨ ਸਾਨੂੰ ਠੇਕੇ 'ਚ ਗੱਤੇ 'ਤੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨਹੀਂ ਦੇ ਦਿੰਦਾ। ਅਸੀਂ ਇਹਨਾਂ ਕਿਹੜੇ ਭੂ ਮਾਫੀਆ ਨੇ ਜਾਂ ਧਨਾੜ ਲੋਕ ਨੇ ਉਹਨਾਂ ਨੂੰ ਖਦੇੜ ਕੇ ਰਵਾਂਗੇ। ਸਾਡਾ ਪੱਕਾ ਮੋਰਚਾ, ਚਾਹੇ ਸਾਨੂੰ ਇੱਥੇ ਕਣਕਾਂ ਦੀ ਵਾਢੀ ਇੱਥੇ ਕਰਨੀ ਪਵੇ, ਚਾਹੇ ਲੰਮਾ ਚੱਲਣਾ ਪਵੇ, ਅਸੀਂ ਖੜ੍ਹੇ ਹਾਂ, ਅਸੀਂ ਡਟੇ ਹੋਏ ਹਾਂ। ਸਾਡੀਆਂ ਨਾਲ ਕਿਸਾਨ ਬੀਬੀਆਂ, ਬੱਚੇ, ਬਜ਼ੁਰਗ ਸਾਰੇ ਡਟੇ ਹੋਏ ਹਾਂ, ਕਿਉਂਕਿ ਉੱਥੋਂ ਇਸ ਗੇਟ ਤੋਂ, ਇਸ ਸੜਕ ਤੋਂ ਇਹਨਾਂ ਦਾ ਆਉਣਾ ਜਾਣਾ 195 ਨੰਬਰ ਗੇਟ 'ਤੇ। ਪੂਰਾ ਪ੍ਰਸ਼ਾਸਨ ਸਵੇਰੇ ਸ਼ਾਮ ਸਾਡੀ ਖਬਰ ਕਿਹੜੀ ਹੈ, CID ਰਿਪੋਰਟ ਲੈ ਰਿਹਾ, ਸਰਕਾਰ ਨੂੰ ਰਿਪੋਰਟਾਂ ਜਾ ਰਹੀਆਂ ਨੇ। ਸਰਕਾਰ ਦਾ ਹੁਣ ਹੱਕ ਬਣਦਾ ਹੈ ਵੀ ਪਿਛਲੇ 12 ਦਿਨਾਂ ਤੋਂ ਬੈਠੇ ਹਾਂ, ਅੱਜ 12ਵੇਂ ਦਿਨ ਸਾਡਾ ਧਰਨਾ ਸ਼ਾਮਲ ਹੋ ਗਿਆ, ਅਤੇ ਸਾਨੂੰ ਇਹਦਾ ਹੱਕ ਦਿੱਤਾ ਜਾਵੇ। ਇਹ ਗਰੀਬ ਲੋਕ ਨੇ ਜਿਨ੍ਹਾਂ ਨੇ ਆਬਾਦ ਕੀਤੀ ਸੀ ਜ਼ਮੀਨ, ਇਹਨਾਂ ਦੇ ਪਿਓ ਦਾਦਿਆਂ ਦੇ ਨਾਂ 'ਤੇ ਗਰਦੌਰੀਆਂ ਰਹੀਆਂ ਨੇ। ਅਸੀਂ ਇਸ ਕਰਕੇ ਲੜਨਾ, ਸਾਡਾ ਹੱਕ ਹੈ, ਅਸੀਂ ਮੌਕੇ 'ਤੇ ਬੈਠੇ ਹਾਂ, ਜਾਂ ਇੱਥੋਂ ਦੇ ਜੱਦੀ ਪੁਸ਼ਤੀ ਲੋਕ ਹਾਂ, ਇੱਥੇ ਜਾਮ ਪਾਲਾ ਜੀ। ਦਰਸ਼ਕੋ, ਤੁਸੀਂ ਭੂ ਮਾਫੀਆ ਜ਼ਮੀਨ 'ਤੇ ਕਬਜ਼ਾ ਕਰਨ 'ਤੇ ਕਿਸਾਨਾਂ ਵੱਲੋਂ ਧਰਨੇ ਦੀ ਅਪਡੇਟ ਸੁਣੀ। ਇਸ 'ਤੇ ਆਪਣੇ ਕਮੈਂਟਸ ਕਰਕੇ ਜ਼ਰੂਰ ਦੇਣੇ ਕਰੋ, ਅਤੇ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ TV ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫਾਲੋ ਕਰਨਾ ਨਾ ਭੁੱਲਣਾ। ਧੰਨਵਾਦ।